हाँ जी बीर जी, सारे भी सत श्रीकाल जी। संदीप डेयरी फार्म विच तुहाडा बहुत बहुत वेलकम है जी। आदि अपने विजिट हैगी है जी, पिंड भूमा जी, जिला अमृतसर पैंदा, तहसील मजीठा पैंदी है जी। तो अज फिर आप माणे वीरां कोल आ चुके जी। आप इन्हां बइयां अगे वीडियो बहुत बनाईआं जी, आप वधिया पशु हुंदे जी, ते बइया रेट भी बिल्कुल जायज़ ही करदे आ। अज फिर इन्हां कुछ पशु सेल है जी, ते आओ हुण बई जी ने गलबात करिए, इन्हां प्राइस की आ ते की मिलक रिकॉर्ड आ। उस तों पहलां वीर जी रिक्वेस्ट करन तुहानूं पहलां कि जिहड़े वीर पहले वीडियो वेख रहे आ उन्हां वीरां रिक्वेस्ट है कि अपने चैनल नूं सबसक्राइब करन जी, ते घंटी अपने जो दबान तां कि तुहानूं वीडियो आ सके। वीर जी एक होर रिक्वेस्ट आ, इत्थे आओ, एक टाइम दो टाइम चुआई करो ते पास कर लैके जाओ। हुण बई जी ने गलबात करिए जी। हाँ जी बई, सत श्रीकाल जी। सत श्रीकाल जी वीर जी, की हाल चाल जी? ਹੋਰ ਸੁਣਾ ਸਭ ਠੀਕ ਠਾਕ ਜੀ? ਠੀਕ ਠਾਕ ਜੀ, ਵਧੀਆ। ਕਿਵੇਂ ਚੱਲ ਰਿਹਾ ਕੰਮ? ਕੰਮ ਚੱਲੀ ਜਾਂਦਾ ਹੈ, ਮਾਲ ਲੱਗਿਆ ਮਾਲ ਜੀ? ਹਾਂ ਜੀ, ਮਾਲ ਵੀ ਲੱਗਿਆ। ਚਲੋ ਠੀਕ, ਚੱਲਿਆ ਥੋੜਾ ਕੰਮ ਨਾ ਦੇਈਦਾ ਤੇ ਤੈਨੂੰ ਪਤਾ। ਹਾਂ ਜੀ ਹਾਂ ਬਿਲਕੁਲ ਜੀ, ਭਾਣਾ ਵਧੀਆ ਰਹੂਗਾ ਜੀ, ਵਧੀਆ ਚਾਹ ਭਾਣਾ ਦੇ ਜਾਗਣੀ। ਬਾਕੀ ਕੰਮ ਥੋੜਾ ਰਿੜਿਆ ਨਾ ਜੀ? ਹਾਂ ਜੀ, ਅੱਜ ਕੰਮ ਤਰੇ ਮਾਲ ਮਿਲ ਲੱਗ ਗਿਆ, ਕਿਰਪਾ ਜੀ ਮਹਾਰਾਜ ਦੀ ਮਿਲੀ ਜਾਂਦਾ ਜੀ। ਚਲੋ ਚਲੋ, ਖੇਚਲ ਕਰਨੀ ਪੈਂਦੀ ਵੀ ਦੂਰ ਨੇੜੇ ਫਿਰ ਕੇ ਲੈ ਆਉਣਾ। ਫਿਰ ਵੇਖੋ ਬਾਜੀ, ਖੇਚਲ ਤਾਂ ਕਰਨੀ ਪੈਂਦੀ, ਘਰੇ ਬੈਠੇ ਨੂੰ ਕੋਈ ਤਾਂ ਮਿਲਣਾ ਨਹੀਂ ਹੈ ਨਾ ਜੀ। ਤੇ ਕਿੰਨੇ ਪਸ਼ੂ ਚੱਲੇ ਜੀ ਅੱਜ? ਪਸ਼ੂ ਵੀਰ ਅੱਜ ਤਿੰਨ ਮਈਆਂ ਤਿੰਨ ਹੀ ਗਾਵਾਂ। ਚਲੋ ਇਹਦੇ ਬਾਰੇ ਦੱਸੋ। ਇਹ ਝੋਟੀ ਵੀਰ ਦੂਜਾ ਸੂਆ ਸੂਈ ਆ। ਹਾਂਜੀ, ਮਗਰ ਕੱਟਾ ਤੇ 15 ਹੋਵੇ ਸੂਈ। ਠੀਕ ਹੈ ਜੀ, 12 ਕਿਲੋ ਦੁੱਧ ਵੀਰ ਮੌਕੇ ਦਾ ਤਿਆਰ। ਝੋਟੀ 12 ਕਿਲੋ ਦੁੱਧ ਮੌਕੇ ਤਿਆਰ ਹੈ ਜੀ। ਆ ਦੇਖੋ, ਆ ਦੇਖੋ ਲੇਵਾ, ਦੇਖੋ ਪੂਰਾ ਰੇੜੀ ਆ। ਹੈ ਜੀ ਬਿਲਕੁਲ ਜੀ ਬਿਲਕੁਲ। ਆ ਦੇਖੋ, ਅਸਰੂ ਚੱਲਦਾ ਨਾਲ ਦਾ? ਅਸਰੂ ਨਹੀਂ ਚੱਲਦਾ ਜੀ। ਅੱਛਾ ਨਹੀਂ ਚੱਲਦਾ। ਆ ਦੇਖੋ, ਆ ਦੇਖੋ ਬਿਲਕੁਲ ਜੈਡ ਬਲੈਕ ਹੈ ਜੀ। ਆ ਦੇਖੋ ਲੇਵਾ, ਝੋਟੀ ਦਾ ਬਹੁਤ ਸੋਹਣਾ ਲੇਵਾ। ਆ ਦੇਖੋ ਇਧਰ ਇਧਰ ਨੂੰ ਤੋੜ ਲਓ, ਇਧਰ ਨੂੰ ਤੋੜ ਲਓ। ਆ ਦੇਖੋ ਤੋੜ ਲਓ, ਤੋੜ ਲਓ। ਆ ਦੇਖੋ ਜੀ, ਬਸ ਆ ਜਾਓ, ਆ ਜਾਓ, ਆ ਜਾਓ। ਆ ਦੇਖੋ ਚੱਲਦਾ ਸਰੂ ਨੇ ਜੀ? ਨਾ ਨਾ ਵੀਰ, ਬਿਲਕੁਲ ਨਹੀਂ ਚੱਲਦਾ। ਹੈ ਜੀ ਬਿਲਕੁਲ ਚੱਲਦਾ, ਐ ਚੋਈ ਠੀਕ ਹੈ, ਬਿਲਕੁਲ ਚੋਈ ਗਿਆ, ਫੁੱਲ ਗਰੰਟੀ ਝੋਟੀ ਸਾਫ ਹੈ ਬਿਲਕੁਲ। ਤੇ ਬਾਜੀ ਫਿਰ ਦੀ ਕੀਮਤ? ਕੀਮਤ ਵੀਰ ਝੋਟੀ ਦੇ ਹਿਸਾਬ ਨਾਲ ਤੂੰ ਆ ਵੀ ਦੱਸ ਦੇ, ਤੇਰੇ ਕੋਲ ਮੁੱਲ ਵਾਲੀ ਹੈ। ਹੈ ਜੀ, ਤੇਰੇ ਕੋਲ ਮੁੱਲ ਵਾਲੀ ਹੈ ਝੋਟੀ ਦੇ ਹਿਸਾਬ ਨਾਲ? ਨਹੀਂ ਦੱਸਦਾ ਕੋਈ ਨਹੀਂ, ਝੋਟੀ ਵੀਰ ਮੁੱਲ ਭਾਵੇਂ ਲੱਖ ਕਰੀਏ, ਭਾਵੇਂ 1-5 ਕਰੀਏ, 95 ਦੀ ਝੋਟੀ ਦੇ ਦਾਂ। 95000 ਦੇ ਰੋਗੇ ਦੇ ਦਾਂ। ਬਾਕੀ ਮੌਕੇ ਮਾਨ ਤਾਂ ਮੌਕੇ ਦੇ ਮਾਨ, ਬੱਚਾ ਮਰ ਗਿਆ ਆ ਗਿਆ ਨੇ, ਕਟਾ ਮਰ ਕਟਾ ਆ ਗਿਆ, ਆ ਗਿਆ ਜੀ। ਚਲੋ ਇਹਦੇ ਬਾਰੇ ਦੱਸੋ ਜੀ। ਇਹ ਵੀਰ ਮਈ ਤੇਜੇ ਸੂਏ ਆ। ਹਾਂਜੀ, ਤੇਜੇ ਸੂਏ ਕਰਕੇ ਵੀ ਨਹੀਂ ਲਈ ਹੈ, ਚੌਥੇ ਵੀ ਹੋ ਸਕਦੀ। ਗੱਬਣ ਹੈ ਜੀ? ਗੱਬਣ ਆ, ਠੀਕ ਹੈ ਜੀ। ਹਾਂ ਜੱਟਾ ਵੀਰ ਬਹੁਤ ਚੰਗਾ ਲੱਗਾ, ਮਤ ਲਿਆ ਲਿਆ ਜੀ, ਲਿਆ ਫੇਰ ਦਿਖਾਓ ਆ ਜਾ, ਚੌਥੇ ਵੀ ਹੋ ਸਕਦੇ। ਸਹੀ ਗੱਲ ਹੈ ਜੀ, ਚੌਥੇ ਵੀ ਹੋ ਸਕਦੇ। ਹਾਂ ਬਿਲਕੁਲ ਜੀ ਬਿਲਕੁਲ, ਲੈ ਚੱਲੋ। ਕਿੰਨਾ ਕਰ ਜੂ ਫਿਰ ਦੁੱਧ ਜੀ? ਦੁੱਧ ਵੀਰ 10 ਕਿਲੋ ਮਈ ਕੋ ਖੁੱਲਾ ਡੁੱਲਾ ਚਾਉਂਦੇ। 10 ਕਿਲੋ ਹੈ ਜੀ? ਹਾਂ ਠੀਕ ਹੈ। ਮਈ ਬਹੁਤ ਚੰਗੀ ਵੀ, ਠੰਡੀ ਧੀ ਦੀ ਨਹੀਂ ਆ, ਹਾਂ ਬੜੀ ਬਾ ਠੀਕ। ਤੇ ਇਹਦੀ ਕੀਮਤ ਜੀ? ਕੀਮਤ ਵੀਰ ਇਹਦੀ ਲੈਣ ਦੇਣ ਵਾਲੀ ਭਾਵੇਂ ਮੁੱਲ ਪੈਣ ਕਰੀਏ 62 ਦੀ ਮਹੀਨੇ 62000 ਦੇ 62000। ਚਲੋ ਇਹਦੇ ਬਾਰੇ ਦੱਸੋ। ਇਹ ਵੀ ਗੱਬਣਾ? ਇਹ ਵੀਰ 4 ਮਹੀਨੇ ਦੀ ਗੱਬਣ ਆ। ਹਾਂਜੀ, ਤੇ 5 ਕਿਲੋ ਦੁੱਧ ਦੇ। 4 ਮਹੀਨੇ ਗੱਬਣ, 5 ਕਿਲੋ ਦੁੱਧ ਹੈ ਜੀ। 5 ਕਿਲੋ ਦੁੱਧ ਆ, ਪਹਾੜੇ ਦੇ ਮਿਲਦੀ ਦੋਵੇਂ ਟਾਈਮ। ਹਾਂ ਦੇਖੋ, ਪਿਓ ਨੀਲੀ ਦੀ ਮਹੀਨੀ ਖੋਲੋ ਜੀ, ਇਹਨੂੰ ਵੀ। ਆ ਦੇਖੋ ਜੀ, ਆ ਦੇਖੋ ਬੱਲੇ ਲਿਆ ਜੀ, ਲਿਆ ਫੇਰ ਦਿਖਾ ਦੋ। ਬੱਚਾ ਬੱਚਾ ਤਾਂ ਹੈ ਨੀ ਨਾਲ? ਨਹੀਂ ਬੱਚਾ ਹੈ ਨੀ। ਆ ਦਿਖਾ ਦੋ ਮਣਾ, ਫੇਰ ਦਿਖਾ ਦੋ। ਆ ਦੇਖੋ ਨੀਲੀ ਜੀ ਆ ਗਈ ਮੱਝ, ਆ ਦੇਖੋ। ਚਲੋ ਲੈ ਚੱਲਾਂ, ਠੀਕ ਹੈ ਜੀ। ਤੇ ਬਾਜੀ ਫਿਰ ਇਹਦੀ ਕੀਮਤ? ਕੀਮਤ ਵੀ ਬਿਲਕੁਲ ਜਾਇਜ਼। ਹਾਂਜੀ, 5 ਕਿਲੋ ਦੁੱਧ ਤੇ 4 ਮਹੀਨੇ ਦੀ ਗੱਭਣ ਆ। ਹਾਂਜੀ, 36000 ਦੀ ਮਹਿੰਦੇ ਦਾ। 36000 ਦੀ ਹੈ ਜੀ? ਹੋਰ ਕਰ ਦਿਓ ਮਾਨ, ਤਾਂ ਕਰਦਾ 35 ਦੇਣਾ। 35000 ਦੇ ਦੋਗੇ? 5 ਕਿਲੋ ਦੁੱਧ ਹੈ ਜੀ? 5 ਕਿਲੋ ਦੁੱਧ 4 ਮਹੀਨੇ, 4 ਮਹੀਨੇ ਚੈੱਕ ਕਰਾ ਕੇ, ਚੈੱਕ ਕਰਾ ਕੇ। ਚਲੋ ਇਹਨੇ ਬਾਰੇ ਦੱਸੋ ਜੀ। ਇਹ ਵੀਰ ਵੈੜ ਸੋਈ ਆ। ਹਾਂਜੀ, ਦੁੱਧ ਵਸ਼ੀ ਹੋਊਗਾ ਕੋਈ 15 ਵਜੇ 16 ਹੋ ਜੇ। ਠੀਕ ਹੈ, ਆ ਵਸ਼ੀ ਮਗਰੇ। ਠੀਕ ਹੈ ਜੀ, ਵੱਛੀ ਆ ਗਈ ਮਰਾਂ ਨਾ। ਇਹ ਵੀ ਖੋਲੋ ਜੀ, ਆ ਦੇਖੋ, ਲੈ ਲੈ ਚੱਲੋ। ਆ ਜਾਓ ਜੀ, ਆ ਜਾਓ।
ਚੋਈ ਠੀਕ ਹੈ ਬਿਲਕੁਲ ਭਾਜੀ ਭਾਈ ਵੀਰਾਂ ਓਕੇ ਮੱਛੀ ਬੜੀ ਬਰੀਕ ਵਾਲੀ ਬਹੁਤ ਸੋਹਣੀ ਹੈ ਜੀ ਆ ਦੇਖੋ ਨਾਲ ਦਾ ਬੱਚਾ ਬਿਲਕੁਲ 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 ਓਕੇ ਜੀ ਵੀਰ ਆ ਦੇ ਆ ਦੇ ਠੀਕ ਹੈ ਤੇ ਭਾਜੀ ਫਿਰ ਇਹਦੀ ਕੀਮਤ ਇਹ ਵੀਰ ਯਾਰ ਬਿਲਕੁਲ ਠੰਡੀ ਸੀ ਤੇਜ਼ੀ ਆ ਕੇ ਸਾਹਮਣੇ ਹਾਂਜੀ ਕੀਮਤ ਵੀਰ ਮੁੱਲ ਪਾ 45 ਕਰੀਏ ਤਾਂ 42 ਕਰੀ 40000 ਦੀ ਕਰ ਦੇ 40000 ਦੇ ਦੋਗੇ ਚਲੋ ਇੱਧਰ ਆ ਜਾਓ ਆ ਜਾਓ ਤੇ ਆ ਗਾਵਾਂ ਦੋ ਇੱਧਰ ਆ ਗਏ ਜੀ ਗਾਵਾਂ ਦੋ ਇਹ ਗੱਭਰਾਂ ਦੋਵੇਂ ਸੁਈਆਂ ਇਹ ਸੁਈਆਂ ਵੀਰ ਦੋਵੇਂ ਲੈਣਾ ਦੋਵੇਂ ਸੁਈਆਂ ਆ ਵੈਰ ਦਾ ਵੀਰ ਬੱਚਾ ਮਰਿਆ ਵਾ ਅੱਛਾ ਜੀ ਵੈਰ ਨੂੰ ਦੁੱਧ ਭਜੋਗਾ 15 ਕਿਲੋ ਅੱਛਾ ਜੀ ਕਿੰਨੇ ਟਾਈਮ ਹੋ ਗਿਆ ਇਹਨੂੰ ਸੁਈ ਨੂੰ ਸੁਈ ਨੂੰ ਵੀਰ ਮਛੀ ਇਹਦੇ ਮੈਲਾ ਡਈ ਮਾਰ ਅੱਛਾ ਮੈਲਾ ਮਾਰ ਜੀ ਮੈਲਾ ਮਾਰ ਜੀ 15 20 ਦਿਨ ਹੋ ਹੀ ਗਏ 15 20 ਦਿਨਾਂ ਦੇ ਲਾ ਕੇ ਸੁਈ ਗਿਆ ਮਛੀ ਦੁੱਧ ਜਿਹੜਾ 15 ਕਿਲੋ ਪੱਕਾ ਉਹ ਲੀਟਰ ਵਾਲਾ ਲੀਟਰ ਵਾਲੇ 15 ਕਿਲੋ ਤਿਆਰ ਹੈ ਜੀ ਆ ਦੇਖੋ ਆ ਦੇਖੋ ਆ ਦੇ ਬਸ ਆ ਜਾਓ ਜੀ ਆ ਜਾਓ ਨਿਆਣਾ ਪਣਾ ਪੈਂਦਾ ਜੀ ਨਾ ਕੋਈ ਰਸੀ ਨਹੀਂ ਕੋਈ ਪਹਾੜਾ ਨਹੀਂ ਪਛਾਣ ਪਾ ਐਂ ਹੀ ਪਣਾ ਪੈਂਦਾ ਹੈ ਐਦਾਂ ਪਣਦਾ ਹੈ ਆ ਦੇਖ ਆ ਦੇਖ ਤਾਂ ਠੀਕ ਹੈ ਜੀ ਹਾਂਜੀ ਬਹੁਤ ਠੰਡੀ ਬੜੀ ਹੈ ਇਹਦੀ ਭਾਜੀ ਕੀਮਤ ਕੀਮਤ ਵੀਰ ਮੋਲ ਤੁਹਾਨੂੰ ਪਤਾ ਵਸ਼ੀ ਬੜੀ ਬਰੀਕ ਵਾਲੀ ਆ ਚੰਗੀ ਸਾਫ ਆ ਹਾਂਜੀ ਮੋਲ ਦਾ ਕਰਨ ਨੂੰ ਭਾਵੇਂ 40 ਕਰੀਏ बस आ जाओ तो बाजी फिर इनकी कीमत हाँ जी बंद हो गए 20000 दी रेट देना 20000 दी 20000 दे देंगे पेंडो नहीं कमाई नहीं तो कोई कर नहीं बिल्कुल जायज ਹੋਰ ਕਰ ਦੇ ਕਮਾਂ ਦਾ ਕਰ ਲਾਂਗੇ ਮਾਤਰ ਨੂੰ ਓਕੇ ਚਲੋ ਠੀਕ ਆਹੀ ਪਸ਼ੂ ਹੈ ਜੀ ਚਲੋ ਵੀ ਜੀ ਆ ਵੀਰਾਂ ਦਾ ਪਸ਼ੂ ਹੈ ਜੀ ਤੇ ਫਿਰ ਮੇਰਾ ਵੀਰ ਇੱਥੇ ਆ ਕੇ ਇੱਕ ਟਾਈਮ ਦੋ ਟਾਈਮ ਚੁਆਈ ਕਰੋ ਆਲੇ ਪੂਰੀ ਤਸੱਲੀ ਲੈ ਕੇ ਜਾਓ ਸਹੀ ਹੈ ਕਿ ਨਹੀਂ ਜੀ ਬਿਲਕੁਲ ਵੀਰ ਜੀ ਦੋ ਟਾਈਮ ਚੋਗੇ ਹਾਂਜੀ ਤਸੱਲੀ ਕਰਕੇ ਫਿਰ ਬਿਲਕੁਲ ਜੀ ਚਲੋ ਨੰਬਰ ਬੋਲ ਦਿਓ ਜੀ ਆਪਣਾ ਨੰਬਰ 84 27 40 70 53 ਨਾਮ ਆਣਾ ਜੀ ਪਿੰਡ ਭੋਮਾ ਜ਼ਿਲ੍ਹਾ ਅੰਬਰਸਰ ਸੀ ਜੀ ਸਤਿ ਸ਼੍ਰੀ ਅਕਾਲ ਜੀ